ਲੈਣਾ ਨੇ ਉਹ 24 ਲੈਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਗੌਤਮ ਕਹਿੰਦਾ ਇਹ ਚੱਕਰ 24 ਘੰਟੇ ਚੱਲ ਦਿੰਦਾ ਇਹ ਚੱਕਰ ਰੁਕਦਾ ਨਹੀਂ ਬੜੇ ਬੜੇ ਪੀਰ ਪੈਗੰਬਰ ਅਵਤਾਰੇ ਵਿੱਚ ਆਈ ਜਾਂਦੇ ਨੇ ਜਾਈ ਜਾਂਦੇ ਨੇ ਕੋਈ ਨਿਕਲ ਨਹੀਂ ਸਕਦਾ ਦਸਵੇਂ ਪਾਤਸ਼ਾਹ ਕਹਿੰਦੇ ਮਹਾਤਮਾ ਜੀ ਸੰਸਾਰ ਹੈ ਤਾਂ ਚੱਕਰ ਪਰ ਚੱਕਰ ਨੂੰ ਪਾੜ ਕੇ ਗੁਰੂ ਸਾਹਿਬ ਨੇ ਖੰਡਾ ਕੱਢਤਾ ਵਿੱਚ ਆਖਿਆ ਜਿਵੇਂ ਆਖਿਆ ਹੈ ਤਾਂ ਚੱਕਰ ਇਹਦੇ ਚ ਕੋਈ ਨਿਕਲ ਨਹੀਂ ਸਕਦਾ ਪਰ ਜਿਵੇਂ ਇਸ ਚੱਕਰ ਨੂੰ ਪਾੜ ਕੇ ਖੰਡਾ ਗੁਰੂ ਸਾਹਿਬ ਨੇ ਬਾਹਰ ਕੱਢਤਾ ਕਹਿੰਦੇ ਖੰਡਾ ਬਾਹਰ ਨਿਕਲ ਗਿਆ ਇਵੇਂ ਮੇਰਾ ਸਿੱਖ ਬਾਣੀ ਪੜ ਕੇ 84 ਲੱਖ ਦੀ ਯੂਨੀਆ ਦੀ ਕੈਦ ਬਰੀ ਹੋ ਜੂਗਾ ਉਹ ਬਾਹਰ ਨਿਕਲ ਜੂਗਾ ਉਹ ਬਾਹਰ ਨਿਕਲ ਜੂਗਾ ਕੋਈ ਬਾਹਰ ਨਿਕਲ ਜੂਗਾ ਗੁਰੂ ਸਾਹਿਬ ਸਾਸਕ ਕਲਗੀ ਭਾਈ ਸਾਹਿਬ ਹੋਰਾਂ ਦੇ ਸੀਸ ਤੇ ਟਿਕਾਉਂਦੇ ਜੰਗੀ ਸ਼ਸਤਰ ਬਸਤਰ ਪਹਿਨਾਉਂਦੇ ਗੁਰੂ ਸਿੱਖ ਦੀ ਪ੍ਰਕਰਮਾ ਕਰ ਰਿਹਾ ਬੱਲੇ 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 ਗੁਰੂ ਸਿੱਖ ਦੀ ਪ੍ਰਕਰਮਾ ਕਰ ਰਿਹਾ ਕੀ ਸਿੱਖ ਦੀ ਪ੍ਰਕਰਮਾ ਕਰੀ ਜਾਂਦੇ ਨੇ ਸਤਿਗੁਰ ਪਾਤਸ਼ਾਹ ਦੇ ਨਾਲ ਵੇਖ ਵੇਖ ਕੇ ਖੁਸ਼ ਹੋਈ ਜਾਂਦੇ ਨੇ ਭਾਈ ਸਾਹਿਬ ਭਾਈ ਦੇ ਆਸਣ ਲੱਗੇ ਕਿ ਪਾਤਸ਼ਾਹ ਅੱਜ ਬੜੇ ਖੁਸ਼ ਨਜ਼ਰ ਆ ਰਹੇ ਅੱਜ ਬੜੇ ਖੁਸ਼ ਨਜ਼ਰ ਆ ਰਹੇ ਮਾਫ਼ ਕਰਨ ਤੇ ਗੁਰਦੇਵ ਲੱਗੇ ਕਹਿਣ ਲੱਗੇ ਦਇਆ ਸਿੰਘ ਜੀ ਖੁਸ਼ ਨਾ ਹੋਵਾਂ ਖੁਸ਼ ਨਾ ਹੋਵਾਂ ਆਖਿਆ ਦਇਆ ਸਿੰਘ ਜੀ ਜਿਵੇਂ ਘੁੰਮਾ ਆਪਣੇ ਛੋਟੇ ਜਿਹੇ ਨੰਨੇ ਮੁੰਨੇ ਬੱਚੇ ਦਾ ਇਸ਼ਨਾਨ ਕਰਾਉਂਦੀ ਹੈ ਇਸ਼ਨਾਨ ਕਰਾਉਣ ਤੋਂ ਬਾਅਦ ਖੂਬਸੂਰਤ ਕੱਪੜੇ ਪਹਿਨਾਉਂਦੀ ਹਾਰ ਸ਼ਿੰਗਾਰ ਲਾਉਂਦੀ ਮਾਂ ਬੱਚੇ ਵੱਲ ਵੇਖ ਕੇ ਖੁਸ਼ ਹੁੰਦੀ ਹੈ ਉਹ ਦਇਆ ਸਿੰਘ ਮੈਂ ਆਪਣੇ ਸਿੱਖ ਵੱਲ ਵੇਖ ਕੀਤੀ ਕਰਮ ਕਰ ਕਰਕੇ ਖੁਸ਼ ਹੋ ਰਿਹਾ ਮੇਰਾ ਸਿੱਖ ਹੀ ਮੇਰਾ ਸਭ ਕੁਝ ਹੈ ਕਹਿ ਦਿਓ ਬੈਠ ਆਪਾਂ ਗੁਰੂ ਗ੍ਰੰਥ ਐਵੇਂ ਥੋੜਾ ਕਿਆ ਖਾਲਸਾ ਦੀ ਐਵੇਂ ਥੋੜਾ ਕਿਆ ਖਾਲਸਾ ਦੀ ਕਰਨਾ ਖਾਲਸਾ ਮੇਰੋ ਮੁੱਖ ਅੰਗਾ ਖਾਲਸੇ ਕਹਿਓ ਸਦ ਸਦ ਸੰਗਾ ਮੈਂ ਆਪਣੇ ਖਾਲਸਾ ਦਾ ਸਦਾ ਅੰਗ ਸੰਗ ਰਹਿੰਦਾ ਖਾਲਸੇ ਤੇ ਮੈਂ ਆਪਣੇ ਖਾਲਸੇ ਦੇ ਸਦਾ ਅੰਗ ਸੰਗ ਰਹਿੰਦਾ ਗੁਰੂ ਸਾਹਿਬ ਲੱਗੇ ਕਹਿੰਦੇ ਦਇਆ ਸਿੰਘ ਮਾਂ ਖੁਸ਼ ਹੁੰਦੀ ਹੈ ਤੇ ਆਖਿਆ ਪਾਤਸ਼ਾਹ ਤੁਸੀਂ ਅਸੀਂ ਵੀ ਆਪਣੇ ਸਿੱਖ ਨੂੰ ਹਾਰ ਸ਼ਿੰਗਾਰ ਲਾ ਕੇ ਨਾ ਆਪਣੇ ਸੀਸ ਤੋਂ ਕਲਗੀ ਉਤਾਰ ਕੇ ਸਿੱਖ ਦੇ ਸਿਰ ਤੇ ਰੱਖ ਕੇ ਆਪਣੇ ਜੰਗੀ ਸ਼ਸਤਰ ਬਸਤੂ ਉਤਾਰ ਕੇ ਸਿੱਖ ਨੂੰ ਪਹਿਨਾ ਕੇ ਕਿਉਂਕਿ ਭਾਈ ਸੰਗਤ ਸਿੰਘ ਦਾ ਚਿਹਰਾ ਮੋਹਰਾ ਕੱਦ ਕਾਠ ਰੂਹ ਰੰਗ ਕਲਗੀ ਪਾਤਸ਼ਾਹ ਜੀ ਦੇ ਮੋਹਰੇ ਨਾਲ ਮਿਲਦਾ ਜੁਲਦਾ ਸੀ ਗੁਰੂ ਸਾਹਿਬ ਲੱਗੇ ਕਹਿੰਦੇ ਦਇਆ ਸਿੰਘ ਜੀ ਮੈਂ ਖੁਸ਼ ਹੋ ਰਿਹਾ ਇਹ ਵੇਖ ਵੇਖ ਕੇ ਉਹ ਗੋਬਿੰਦ ਸਿੰਘ ਤਾਂ ਗੋਬਿੰਦ ਸਿੰਘ ਦਾ ਸਿੱਖ ਚ ਫਰਕ ਹੀ ਨਜ਼ਰ ਨਹੀਂ ਆ ਰਿਹਾ ਖਾਲਸਾ ਗੋਬਿੰਦ ਸਿੰਘ ਤੇ ਗੋਬਿੰਦ ਸਿੰਘ ਦਾ ਸਿੱਖ ਦੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ ਨਾ ਫਰਕ ਹੀ ਨਜ਼ਰ ਨਹੀਂ ਆ ਰਿਹਾ ਖਾਲਸਾ ਹੁਣ ਮੇਰਾ ਰੂਪ ਅੱਜ ਖਾਲਸਾ ਹੁਣ ਮੈਂ ਕਰਨ ਵਾਸ ਪਾਤਸ਼ਾਹ ਕਹਿ ਰਿਹਾ ਤਣਾ ਮੇਰਾ ਹੀ ਖਾਲਸਾ ਮੇਰਾ ਹੀ ਰੂਪ ਹੋ ਗਿਆ ਮੇਰਾ ਹੀ ਖਾਲਸਾ ਮੇਰਾ ਹੀ ਰੂਪ ਹੋ ਗਿਆ ਮੇਰਾ ਹੀ ਖਾਲਸਾ ਸ਼ਸਤਰ ਬਸਤਰ ਕਹਿ ਦਿਓ ਵਾਹਿਗੁਰੂ ਉਹ ਜੰਗੀ ਸ਼ਸਤਰ ਬਸਤਰ ਪਹਿਨਾਏ
ਸੀਸ ਤੱਕ ਕਣਗੀ ਅਸਕਰ ਰੱਖੀ ਇਸ ਕਰਕੇ ਰੱਖੀ ਕਿ ਸਿੱਖ ਨੇ ਸ਼ਹੀਦੀ ਪਾਉਣੀ ਸੀ ਕਹੋ ਉਹ ਕਣਗੀ ਸਿੱਖ ਦੇ ਸਿਰ ਇਸ ਕਰਕੇ ਰੱਖੀ ਕਹਿ ਰਹੇ ਵਾਹਿਗੁਰੂ ਉਹ ਸਿੱਖ ਨੂੰ ਜੱਗੀ ਅਸਤਰ ਬਸਤਰ ਇਸ ਕਰਕੇ ਪਹਿਨਾਏ ਦੁਨੀਆਂ ਦੇ ਲੋਕਾਂ ਨੂੰ ਇਹ ਦੱਸਣਾ ਸੀ ਕਿ ਚੱਕ ਨੂੰ ਸਰਦਾਰੀ ਕਿਵੇਂ ਮਿਲੀ ਹੈ ਭਾਈ ਸਾਹਿਬ ਭਾਈ ਮਕਰਨਾ ਗੁਰੂ ਕੀ ਸੰਗਤ ਸਾਹਿਬ ਸਿੰਘ ਹੋਰੀ ਮਕਰਨਾ ਗੁਰੂ ਕੀ ਸੰਗਤ ਮਾਨੀ ਜੰਗ ਵਿਚ ਗੁਰੂ ਕੀ ਸੰਗਤ ਸ਼ਹੀਦੀ ਪਾਉਣੀ ਸੀ ਗੁਰੂ ਪਿਆਰਿਓ ਇਸ ਕਰਕੇ ਗੁਰੂ ਸਾਹਿਬ ਨੇ ਆਪਣੀ ਕਣਗੀ ਜੰਗੀ ਸ਼ਸਤਰ ਬਸਤਰ ਉਤਾਰ ਕੇ ਇੱਕ ਵਾਰੀ ਤਰ ਕੇ ਪੜੋ ਸਾਰੇ ਸਿਰ ਦੇ ਕੇ ਮਿਲੀ ਹੈ ਸਰਦਾਰੀ ਇਹਨੂੰ ਸਾਂਭ ਸਾਂਭ ਰੱਖੀ ਖਾਲਸਾ ਸਰਦਾਰੀ ਸਾਂਭ ਸਾਂਭ ਰੱਖੀ ਖਾਲਸਾ